ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਸ ਸਮਾਰਟ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ। ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ 8-8 ਦੇ ਹਿਸਾਬ ਨਾਲ ਆਪਾਂ ਕੁੰਡੇ ਪਾਵਾਂਗੇ। 8-8 ਦੇ ਹਿਸਾਬ ਦੇ ਨਾਲ ਕੁੰਡੇ ਪਾ ਕੇ 6 ਕੁੰਡੇ ਵਾਧੂ ਪਾ ਲਓ, ਡਿਜ਼ਾਈਨ ਜਿਹੜਾ ਬਿਲਕੁਲ ਪੂਰਾ ਆਏਗਾ। ਇੱਥੇ ਮੈਂ 22 ਕੁੰਡੇ ਪਾਏ ਹੋਏ ਨੇ, 8-8 ਦੇ ਹਿਸਾਬ ਨਾਲ 16 ਕੁੰਡੇ ਔਰ 6 ਕੁੰਡੇ ਜਿਹੜੇ ਵਾਧੂ ਪਾਏ ਹੋਏ ਨੇ। ਅਤੇ ਡਿਜ਼ਾਈਨ ਆਪਾਂ ਜਿਹੜਾ ਬਣਾਉਣਾ ਸ਼ੁਰੂ ਕਰਾਂਗੇ, ਸਿੱਧੀ ਸਾਈਡ ਤੋਂ ਇਹ ਡਿਜ਼ਾਈਨ ਸ਼ੁਰੂ ਹੋਏਗਾ। ਅਤੇ ਜੇਕਰ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਨਾਲ ਹੀ ਬੈੱਲ ਆਈਕਨ ਨੂੰ ਦਬਾ ਦੇਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਉਹ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਅਤੇ ਹੁਣ ਆਪਾਂ ਡਿਜ਼ਾਈਨ ਜਿਹੜਾ ਬਣਾਉਣਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਇੱਕ ਸਿੱਧੀ ਸਿੱਧੀ ਸਿਲਾਈ ਜਿਹੜੀ ਉਹ ਬਣਾ ਲਵਾਂਗੇ। ਡਿਜ਼ਾਈਨ ਦੀ ਪਹਿਲੀ ਸਿਲਾਈ ਆ, ਪੂਰੀ ਸਿੱਧੀ ਸਿੱਧੀ ਬਣਾਉਣੀ ਹੈ, ਸਾਰੇ ਕੁੰਡੇ ਜਿਹੜੇ ਆ ਸਿੱਧੇ ਸਿੱਧੇ ਬਣਾ ਕੇ ਕੰਪਲੀਟ ਕਰ ਲੈਣੇ ਆ। ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਆ ਅਤੇ ਬਹੁਤ ਹੀ ਪਿਆਰਾ ਬਣ ਕੇ ਆਉਂਦਾ ਹੈ ਡਿਜ਼ਾਈਨ, ਬੜਾ ਸੋਹਣਾ ਲੱਗਦਾ ਬਣਿਆ ਹੋਇਆ। ਅਤੇ ਇਸ ਨੂੰ ਤੁਸੀਂ ਕਿਸੇ ਵੀ ਕਲਰ ਕਿਸੇ ਵੀ ਪ੍ਰੋਜੈਕਟ 'ਤੇ ਪਾ ਸਕਦੇ ਜੇ, ਬਹੁਤ ਆਸਾਨੀ ਦੇ ਨਾਲ ਇਹ ਪੈ ਜਾਏਗਾ। ਜਿਹੜੇ ਬਿਗਨਰ ਆ ਉਹ ਵੀ ਬਹੁਤ ਆਸਾਨੀ ਦੇ ਨਾਲ ਇਹ ਵਾਲਾ ਡਿਜ਼ਾਈਨ ਜਿਹੜਾ ਉਹ ਬਣਾ ਲੈਣਗੇ। ਬਹੁਤ ਹੀ ਸੌਖਾ ਡਿਜ਼ਾਈਨ ਹੈ, ਉਲਟਾ ਸਿੱਧਾ ਹੀ ਬਸ ਅਸੀਂ ਉਣਦੇ ਜਾਣਾ ਅਤੇ ਡਿਜ਼ਾਈਨ ਬਣਦਾ ਜਾਣਾ। ਪਹਿਲੀ ਸਿਲਾਈ ਆਪਾਂ ਸਿੱਧੀ ਬਣਾ ਲਈ ਆ ਸਿੱਧੇ ਪਾਸਿਓਂ, ਹੁਣ ਉਲਟਿਓ ਪਾਸਿਓਂ ਵੀ ਆਪਾਂ ਦੂਸਰੀ ਸਿਲਾਈ ਜਿਹੜੀ ਆ ਉਹ ਪੂਰੀ ਸਿੱਧੀ ਸਿੱਧੀ ਬਣਾਵਾਂਗੇ। ਦੂਸਰੀ ਸਾਈਡ ਧਾਗਾ ਕਰਕੇ ਇਸ ਤਰ੍ਹਾਂ ਪੂਰੀ ਸਿਲਾਈ ਜਿਹੜੀ ਆਪਾਂ ਸਿੱਧੀ ਸਿੱਧੀ ਬਣਾਉਣੀ ਆ। ਪਹਿਲੀ ਸਿਲਾਈ ਵੀ ਆਪਾਂ ਸਿੱਧੀ ਸਿੱਧੀ ਬਣਾਈ ਆ ਸਿੱਧੇ ਪਾਸਿਓਂ, ਦੂਸਰੀ ਉਲਟੇ ਪਾਸਿਓਂ ਵੀ ਆਪਾਂ ਸਿਲਾਈ ਜਿਹੜੀ ਆਪਣੀ ਸਿੱਧੀ ਸਿੱਧੀ ਬਣਾ ਲੈਣੀ ਆ। ਇਹਦੇ ਵਿੱਚ ਉਲਟੀ ਸਿਲਾਈ ਜਿਹੜੀ ਆ ਉੱਥੋਂ ਵੀ ਸਿੱਧੀ ਸਿਲਾਈ ਬਣੇਗੀ। ਬਹੁਤ ਹੀ ਸੌਖਾ ਡਿਜ਼ਾਈਨ ਆ, ਦੂਸਰੀ ਸਿਲਾਈ ਜਿਹੜੀ ਆ ਆਪਾਂ ਉਲਟੀ ਸਿਲਾਈ ਦੀ ਥਾਂ 'ਤੇ ਸਿੱਧੀ ਸਿਲਾਈ ਜਿਹੜੀ ਉਹ ਬਣਾ ਲਾਂਗੇ। ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਉਲਟਾ ਬਣਾ ਲਾਂਗੇ। ਦੋ ਸਿਲਾਈਆਂ ਬਣ ਗਈਆਂ, ਹੁਣ ਅਸੀਂ ਆ ਗਏ ਹਾਂ ਤੀਜੀ ਸਿਲਾਈ 'ਤੇ। ਤੀਜੀ ਸਿਲਾਈ 'ਤੇ ਵੇਖੋ ਪਹਿਲਾਂ ਕੁੰਡਾ ਉਤਾਰ ਲਿਆ, ਉਸ ਤੋਂ ਬਾਅਦ ਧਾਗਾ ਆਪਾਂ ਪਿੱਛੇ ਕਰ ਲੈਣਾ ਹੈ। 5 ਕੁੰਡੇ ਸਿੱਧੇ ਬਣਾਵਾਂਗੇ, 1, 2, 3, 4 ਅਤੇ 5। 5 ਕੁੰਡੇ ਸਿੱਧੇ ਬਣਾ ਲਏ, ਹੁਣ 2 ਕੁੰਡੇ ਜਿਹੜੇ ਉਹ ਬਿਨਾਂ ਬੁਣੇ ਉਤਾਰ ਲਵਾਂਗੇ। 1 ਅਤੇ 2 ਕੁੰਡੇ ਬਿਨਾਂ ਬੁਣੇ ਉਤਾਰ ਲਏ। ਅੱਗੇ ਹੁਣ ਆਪਾਂ 6 ਕੁੰਡੇ ਸਿੱਧੇ ਬਣਾਵਾਂਗੇ, 1, 2, 3, 4, 5, 6। 6 ਕੁੰਡੇ ਬਣਾ ਲਏ ਸਿੱਧੇ, ਹੁਣ 2 ਕੁੰਡੇ ਬਿਨਾਂ ਬੁਣੇ ਉਤਾਰਾਂਗੇ, 1 ਅਤੇ 2। ਫਿਰ ਅੱਗੇ 5 ਕੁੰਡੇ ਸਿੱਧੇ, 1, 2, 3, 4 ਅਤੇ 5। 5 ਕੁੰਡੇ ਸਿੱਧੇ ਬਣਾ ਲਏ, ਲਾਸਟ ਵਾਲਾ ਵੀ ਸਿੱਧਾ ਬਣਾ ਲਾਂਗੇ। ਡਿਜ਼ਾਈਨ ਦੀ ਜਿਹੜੀ ਤੀਸਰੀ ਸਿਲਾਈ ਆ ਉਹ ਵੀ ਕੰਪਲੀਟ ਹੋ ਗਈ ਆ। ਹੁਣ ਅਸੀਂ ਆ ਗਏ ਹਾਂ ਡਿਜ਼ਾਈਨ ਦੀ ਚੌਥੀ ਸਿਲਾਈ 'ਤੇ। ਪਹਿਲਾ ਕੁੰਡਾ ਉਤਾਰ ਲਿਆ, ਫਿਰ 5 ਕੁੰਡੇ ਉਲਟੇ, 1, 2, 3, 4 ਅਤੇ 5। 5 ਕੁੰਡੇ ਉਲਟੇ, ਇਹ ਜਿਹੜੇ 2 ਕੁੰਡੇ ਆਪਾਂ ਬਿਨਾਂ ਬੁਣੇ ਉਤਾਰੇ ਸੀ ਇਹਨਾਂ ਨੂੰ ਫਿਰ ਬਿਨਾਂ ਬੁਣੇ ਹੀ ਉਤਾਰਾਂਗੇ, 1 ਅਤੇ 2। ਇਹਨਾਂ ਨੂੰ ਆਪਾਂ ਇਸ ਵਾਰ ਫਿਰ ਸਲਿੱਪ ਹੀ ਕਰ ਲਵਾਂਗੇ। ਫਿਰ 1, 2, 3, 4, 5, 6। 6 ਕੁੰਡੇ ਉਲਟੇ, ਫਿਰ 2 ਕੁੰਡੇ ਬਿਨਾਂ ਬੁਣੇ ਉਤਾਰਾਂਗੇ, ਫਿਰ 1, 2, 3, 4, 5 ਅਤੇ 6। ਹੁਣ ਆ ਗਏ ਆਪਾਂ ਡਿਜ਼ਾਈਨ ਦੀ 5ਵੀਂ ਸਿਲਾਈ 'ਤੇ। 5ਵੀਂ ਸਿਲਾਈ 'ਚ ਵੇਖੋ ਕੀ ਕਰਨਾ, ਜਿਸ ਤਰੀਕੇ ਦੇ ਨਾਲ ਆਪਾਂ ਤੀਸਰੀ ਸਿਲਾਈ ਬਣਾਈ ਸੀ ਉਸੇ ਤਰੀਕੇ ਦੇ ਨਾਲ 5ਵੀਂ ਸਿਲਾਈ ਬਣਾਵਾਂਗੇ। 1 ਕੁੰਡਾ ਉਤਾਰ ਲਿਆ, 5 ਕੁੰਡੇ ਸਿੱਧੇ, 1, 2, 3, 4 ਅਤੇ 5। 2 ਕੁੰਡੇ ਹੁਣ ਬਿਨਾਂ ਬੁਣੇ ਉਤਾਰਾਂਗੇ। ਇਸ ਤੋਂ ਬਾਅਦ 6 ਕੁੰਡੇ ਸਿੱਧੇ, 1, 2, 3, 4, 5 ਅਤੇ 6। ਹੁਣ 2 ਕੁੰਡੇ ਬਿਨਾਂ ਬੁਣੇ ਉਤਾਰਾਂਗੇ, 1 ਅਤੇ 2। ਫਿਰ 5 ਕੁੰਡੇ ਸਿੱਧੇ, 1, 2, 3, 4 ਅਤੇ 5 ਅਤੇ ਲਾਸਟ ਵਾਲਾ ਵੀ ਸਿੱਧਾ। 5ਵੀਂ ਸਿਲਾਈ ਬਣ ਗਈ ਆ। 6ਵੀਂ ਸਿਲਾਈ ਜਿਹੜੀ ਆ ਫਿਰ ਆਪਾਂ
उल्टी उसे तरह ही बनावांगे। जिहड़े कुंडे आपां उण रहे सी उहनां नूं उणांगे ते जिहड़े स्लिप कर रहे सी उहनां नूं स्लिप करांगे। 5 कुंडे पहलां आपां उल्टे बना लांगे, जिहड़े 2 कुंडे उहनां नूं आपां स्लिप कर लांगे, फिर 6 कुंडे उल्टे बनावांगे। 6 कुंडे उल्टे, 2 कुंडे बिना बुने उतारांगे, फिर 5 कुंडे उल्टे, ते लास्ट वाला भी। ये डिज़ाइन दियाँ बन गई 6 सिलाइया। हूँ असी आ गए हैं डिज़ाइन की 7वीं सिलाई ते। 7वीं सिलाई वेखो की करना है, पूरी सिलाई आपां जिहड़ी आ सीधी सीधी बना देनी है। 1, 2, 3, 4 ते 5। हुण जिहड़े आ कुंडे आपां स्लिप किए हुए सी इन्हां नूं भी आपां सीधे ही बना देना। पूरी सिलाई जिहड़ी आपां सीधी सीधी बना देनी। बहुत ही सौखा डिज़ाइन है ते बहुत ही प्यारा डिज़ाइन है। अद्धा डिज़ाइन साडा बन गया है। अद्धा डिज़ाइन जिहड़ा फिर आपां अगलियां 8 सिलाइयां दे विच बनावांगे। 8-8 सिलाइयां दा टोटल डिज़ाइन है। ये बन गई हुण साडी सीधी सिलाई। हुण असीं इस साइड तों भी पूरी सिलाई जिहड़ी आ सीधी बनावांगे डिज़ाइन दी। ये 8वीं सिलाई है। पूरी सिलाई जिहड़ी आपां सीधी बना के कंप्लीट कर लवांगे। हुण इस तों बाद 9वीं सिलाई दे विच डिज़ाइन जिहड़ा आ वो चेंज हो जाएगा। 9वीं सिलाई दे विच डिज़ाइन जिहड़ा चेंज हो जाएगा। मैं तुहानूं 9वीं सिलाई जिहड़ी उह बना के दिखा दिंदी हाँ, ते उस तों अगे सेम ही उही जिहड़ियां सिलाइयां आ जिहड़ियां उही 4 सिलाइयां असीं रिपीट करते जाणा आ, ते डिज़ाइन साडा जिहड़ा बनता जाणा है। 4 सिलाइयां साडियां उह वालियां बनदियां डिज़ाइन वालियां, ते 4 सिलाइयां इस तर्हां उल्टियां सीधियां बनदियां। ये हुण 8वीं सिलाई बन गई। हुण वेखो असीं डिज़ाइन जिहड़ा चेंज करना ते वह किस तरह करना है। पहला कुंडा उतार लवेंगे, उस तो बाद 1 कुंडा सीधा बनाना है। पहला आपां 5 कुंडे सीधे बनाए सी, हुण 1 कुंडा सीधा बनाना है ते 2 कुंडे स्लिप कर लेने, 1 ते 2। फिर उस तो बाद आपां 6 कुंडे सीधे बनाने, 1, 2, 3, 4, 5 ते 6। 6 सीधे बना ले, फिर 2 कुंडे स्लिप कर लेने, फिर 1, 2, 3, 4, 5 ते 6, फिर 2 कुंडे स्लिप कर लेने, फिर आपां 1 ते 2 कुंडे लास्ट ते सीधे बनाने। यही सिलाइयां जिहड़ियां असीं रिपीट करते जाना, इसे तरह 8 सिलाइयां रिपीट करते जाना। ते डिज़ाइन वेखो साडा इस तरीके दे नाल बन के रेडी हुंदा जाना आ। बहुत ही प्यारियां गोल आकार दियां जिहड़ियां डब्बियां बनदियां ने, ते बहुत ही सोहना डिज़ाइन लगदा। जेकर तुहानूं वीडियो पसंद आउंदी है ते वीडियो नूं लाइक जरूर करिओ। जे चैनल ते पहली बार आए हो ते सबसक्राइब कर देना। मिलदे हां फिर इसे तरह दे सौखे जिहे डिज़ाइन दे नाल नैक्सट वीडियो दे विच। धन्नवाद।